ਉੱਥੋਂ ਦੇ ਲੋਕਾਂ ਦੇ ਵਿੱਚ ਹੜ੍ਹ ਨਾਲ ਜਿਨ੍ਹਾਂ ਦੀਆਂ ਫਸਲਾਂ ਮਰੀਆਂ ਨੇ ਉਹ ਦੋ ਚਿੱਤੀ ਚ ਨੇ। ਕੁਛ ਅਫਸਰ ਕਹਿੰਦੇ ਨੇ ਤਹਿਸੀਲਦਾਰ ਨੂੰ ਮਿਲੇ ਉਹ ਕਹਿੰਦੇ ਨੇ ਵੀ ਇੱਕ ਹਲਫੀਆ ਬਿਆਨ ਦੇ ਜਾਣ ਜਿਨ੍ਹਾਂ ਦੀ ਵੱਧ ਜ਼ਮੀਨ ਹੈ ਵੀ ਉਹ ਦੂਜੇ ਦੇ ਨਾਮ ਮੁਆਵਜ਼ਾ ਆ ਜਾਏਗਾ। ਤੇ ਕੱਲ ਨਾਇਬ ਤਹਿਸੀਲਦਾਰ ਨੂੰ ਮਿਲੇ ਉਹ ਕਹਿੰਦਾ ਵੀ 5 ਕਿੱਲਿਆਂ ਤੋਂ ਵੱਧ ਮਿਲਣਾ ਨਹੀਂ ਕਿਸੇ ਨੂੰ। ਕੋਈ ਘੋਸ਼ਣਾ ਪੱਤਰ ਲਵਾਉਂਦਾ ਹੈ, ਕੋਈ ਇਕੱਲੇ ਆਧਾਰ ਕਾਰਡ ਤੇ ਹੋਰ ਆ ਜਿਹੜਾ ਬੈਂਕ ਦਾ ਖਾਤਾ ਲੈਂਦਾ, ਇਹ ਅਜੇ ਤੱਕ ਇਹਨਾਂ ਨੇ ਸਪਸ਼ਟ ਨਹੀਂ ਕੀਤਾ। ਅਸੀਂ ਵੱਡੇ ਤਹਿਸੀਲਦਾਰ ਨੂੰ, ਨਾਇਬ ਤਹਿਸੀਲਦਾਰ ਨੂੰ, ਪਟਵਾਰੀਆਂ ਨੂੰ ਮਿਲ ਚੁੱਕੇ ਹਾਂ। ਸਾਰਿਆਂ ਦੇ ਅਲੱਗ ਅਲੱਗ ਬਿਆਨ ਨੇ ਵੀ ਕੋਈ ਵੀ ਸਪਸ਼ਟ ਦੱਸ ਨਹੀਂ ਰਿਹਾ ਵੀ ਕਿਹੜੇ ਤਰੀਕੇ ਨਾਲ ਗਰਦੌਰੀ ਕੀਤੀ ਜਾਏਗੀ, ਕਿਹੜੇ ਕਾਗਜ਼ਾਂ ਦੀ ਲੋੜ ਹੈ। ਕਈ ਪਟਵਾਰੀ ਤਾਂ ਥੱਬਾ ਥੱਬਾ ਕਾਗਜ਼ਾਂ ਦਾ ਲੋਕਾਂ ਤੋਂ ਲੈ ਜਾਂਦੇ ਨੇ, ਕਈ ਸਿਰਫ ਆਧਾਰ ਕਾਰਡ ਤੇ ਖਾਤਾ ਨੰਬਰ ਹੀ ਲੈਂਦੇ ਨੇ। ਇਹਦੇ ਬਾਰੇ ਸਪਸ਼ਟਾ ਕਿਸੇ ਨੇ ਦੱਸਿਆ ਨਹੀਂ ਅਜੇ ਤੱਕ ਸਾਨੂੰ। ਇਸ ਕਰਕੇ ਅਸੀਂ ਅੱਜ SDM ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਸਾਨੂੰ ਇਹ ਖਰਾਬੇ ਬਾਰੇ ਜਿਹੜੀ ਨੀਤੀ ਸਰਕਾਰ ਦੀ ਹੈ ਉਹਦੇ ਬਾਰੇ ਸਪਸ਼ਟ ਦੱਸਿਆ ਜਾਏ ਕਿ ਆਹ ਚੀਜ਼, ਆਹ ਫਾਰਮ ਕਿਸੇ ਨੂੰ ਜਾਂ ਆਹ ਘੋਸ਼ਣਾ ਪੱਤਰ ਜਾਂ ਐਫੀਡੇਵਿਟ ਆਹ ਲਾਉਣਾ ਪਏਗਾ, ਜਿਹੜੇ ਹਿਸਾਬ ਨਾਲ ਖਰਾਬਾ ਮਿਲੇਗਾ ਉਹ ਅਜੇ ਸਾਨੂੰ ਸਪਸ਼ਟ ਨਹੀਂ ਹੈ। ਅੱਜ ਤੁਸੀਂ SDM ਦਫ਼ਤਰ ਦੇ ਵਿੱਚ ਧਰਨਾ ਦਿੱਤਾ, ਕੀ ਮੋਟਿਵ ਸੀ, ਕਿਉਂ ਧਰਨਾ ਦੇਣਾ ਪੈ ਗਿਆ? ਅੱਜ ਦਾ ਜਿਹੜਾ ਸਾਨੂੰ ਧਰਨਾ ਦੇਣਾ ਪੈ ਰਿਹਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੁਣਕ ਵੱਲੋਂ, ਕਿਉਂਕਿ ਪਿਛਲੇ ਦਿਨੀ ਹੜ੍ਹ ਆਉਣ ਕਾਰਨ ਕਿਸਾਨਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਆ ਕੇ ਇੱਥੇ ਐਲਾਨ ਕਰਕੇ ਗਿਆ ਸੀ ਵੀ ਮੈਂ ਪੂਰਾ ਮੁਆਵਜ਼ਾ ਦੇਵਾਂਗਾ, ਚਾਹੇ ਕਿਸੇ ਦੀ ਮੁਰਗੀ ਤੋਂ ਲੈ ਕੇ ਬੱਕਰੀ ਮਰੀ ਹੈ ਮੈਂ ਉਹਦਾ ਹੀ ਮੁਆਵਜ਼ਾ ਦੇਵਾਂਗਾ। ਪਰ ਹੁਣ ਹੋ ਕੀ ਰਿਹਾ, ਇੱਥੇ ਜਿਹੜੇ ਪਟਵਾਰੀ ਨੇ ਉਹ ਯਾਨੀ ਕਿ ਕੁਛ ਆਪਦੇ 74 ਨੰਬਰਦਾਰਾਂ ਨੂੰ ਨਾਲ ਲੈ ਕੇ ਜਾਂਦੇ ਨੇ, ਕਿਸਾਨਾਂ ਨੂੰ ਜਾ ਕੇ ਕਹਿੰਦੇ ਨੇ ਵੀ ਇੱਥੇ ਤੇਰੀ ਜੀਰੀ ਨਹੀਂ ਲੱਗੀ ਹੋਈ ਸੀ, ਇਹ ਤਾਂ ਚਰੀ ਬੀਜੀ ਹੋਈ ਹੈ, ਇੱਥੇ ਯਾਨੀ ਕਿ ਤੂੜੀ ਵਾਲੀ ਸਵਾਤ ਹੈ, ਇੱਥੇ ਸਬਜ਼ੀ ਲੱਗੀ ਹੋਈ ਹੈ। ਕਹਿਣ ਦਾ ਭਾਵ ਜਿਵੇਂ ਪਹਿਲਾਂ ਚੱਲਦਾ ਆ ਰਿਹਾ ਵੀ ਕਿਸਾਨ ਮਜਬੂਰ ਹੋਣ ਪਟਵਾਰੀਆਂ ਨੂੰ ਇਹ ਕਹਿਣ ਲਈ ਵੀ ਬੋਲੋ ਤੁਸੀਂ ਕਿੰਨਾ ਕਮਿਸ਼ਨ ਚਾਹੁੰਦੇ ਹੋ, ਕਿਉਂਕਿ ਪਹਿਲਾਂ ਖੂਨ ਮੂੰਹ ਲੱਗਿਆ ਹੋਇਆ, ਉਹੀ ਇਹ ਹੁਣ ਕਰਨਾ ਚਾਹੁੰਦੇ ਨੇ। ਇਸ ਕਰਕੇ ਅਸੀਂ SDM ਸਾਹਿਬ ਨੂੰ ਇਹ ਮੰਗ ਪੱਤਰ ਦੇਣ ਆਏ ਹਾਂ ਕਿ ਇੱਥੇ ਬਿਲਕੁਲ ਨਿਰਪੱਖ ਯਾਨੀ ਕਿ ਪੂਰੀ ਯਾਨੀ ਕਿ ਜਿਹੜੀ ਗਰਦਾਵਰੀ ਹੋਣੀ ਚਾਹੀਦੀ ਹੈ ਤੇ ਇੱਥੇ ਜਿੰਨਾ ਵੀ ਕਿਸਾਨਾਂ ਦੇ ਟਿਊਬਲ ਹੜ੍ਹ ਕਾਰਨ ਖਰਾਬ ਹੋਏ ਨੇ ਉਹਨਾਂ ਟਿਊਬਲਾਂ ਦਾ ਅੱਡ ਤੋਂ ਮੁਆਵਜ਼ਾ ਮਿਲੇ, ਤੇ ਜਿਹੜੀਆਂ ਮਤਲਬ ਕਿ ਘੱਗਰ 'ਚ ਪਾੜ ਪੈਣ ਕਾਰਨ ਜ਼ਮੀਨਾਂ ਪੱਟੀਆਂ ਗਈਆਂ ਵੱਡੇ ਖੱਡੇ ਪੈ ਗਏ ਤੇ ਉਹ ਫਸਲ ਨਹੀਂ ਬੀਜੀ ਜਾ ਸਕੀ, ਇੱਕ ਤਾਂ ਜ਼ਮੀਨਾਂ ਨੂੰ ਪੱਧਰ ਕਰਨ ਦਾ ਮੁਆਵਜ਼ਾ ਦਿੱਤਾ ਜਾਵੇ, ਦੂਜਾ ਜਿੰਨਾਂ ਜ਼ਮੀਨਾਂ 'ਚ ਫਸਲ ਨਹੀਂ ਬੀਜੀ ਜਾ ਸਕੀ ਉਹਨਾਂ ਨੂੰ ਡਬਲ ਮੁਆਵਜ਼ਾ ਦਿੱਤਾ ਜਾਵੇ, ਤੇ ਜਿੰਨੀਆਂ ਵੀ ਇੱਥੇ ਗਰਦਾਵਰੀ ਹੁੰਦੀ ਹੈ ਚਾਹੇ ਉਹ ਫਸਲਾਂ ਦੀ ਹੈ ਚਾਹੇ ਮਕਾਨਾਂ ਦੀ ਹੈ ਉਹਨਾਂ ਦੀਆਂ ਪੂਰੀਆਂ ਜਨਤਕ ਲਿਸਟਾਂ ਪਿੰਡਾਂ ਦੀਆਂ ਜਨਤਕ ਥਾਵਾਂ ਤੇ ਲਾਈਆਂ ਜਾਣ, ਜਿੱਥੇ ਨੁਕਸਾਨ ਹੋਇਆ ਜਿਹੜੇ ਪਿੰਡ ਦਾ ਜਿੰਨਾ ਵੀ ਹੋਇਆ ਉਹਨਾਂ ਦੀਆਂ ਲਿਸਟਾਂ ਬਕਾਇਦਾ ਜਨਤਕ ਥਾਵਾਂ ਤੇ ਲੱਗਣ ਤਾਂ ਕਿ ਕੋਈ ਵੀ ਪੀੜਤ ਕਿਸਾਨ ਮੁਆਵਜ਼ਾ ਲਏ ਬਿਨਾਂ ਰਹਿ ਨਾ ਜਾਵੇ। ਜੇਕਰ ਪ੍ਰਸ਼ਾਸਨ ਦਾ ਹੀ ਵਤੀਰਾ ਰਿਹਾ ਤਾਂ ਸੰਘਰਸ਼ ਕਮੇਟੀ ਕੀ ਕਰੂਗੀ? ਜੇਕਰ ਪ੍ਰਸ਼ਾਸਨ ਦਾ ਹੀ ਵਤੀਰਾ ਸੀ, ਅੱਜ ਸਿਰਫ ਮੰਗ ਪੱਤਰ ਦੇਣ ਆਏ ਆ, ਪ੍ਰਸ਼ਾਸਨ ਨੂੰ ਅਲਰਟ ਕਰਨ ਆਏ ਆ, ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹੀ ਵਤੀਰਾ ਰਿਹਾ ਤਾਂ ਅਸੀਂ ਪੱਕਾ ਮੋਰਚਾ ਲਾ ਕੇ ਬੈਠਾਂਗੇ ਤੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਅਸੀਂ ਉਦੋਂ ਤੱਕ ਇੱਥੋਂ ਉੱਠਾਂਗੇ ਨਹੀਂ।